लोग सभा हलका जलंधर की जिमनी चोण नूं लै के आम आदमी पार्टी वालों चोण लड़ रहे सुशील कुमार रिंकू के हक च गुराया के वार्ड नंबर 10 विच अमरीक सिंह ढिल्लों की अगवाई हेठ मीटिंग की गई। इस मौके विधायक गुरप्रीत सिंह, चेयरमैन नवजोत सिंह जर्ग, मुख बुलारा रमन चांदी, प्रदीप दुग्गल, रोशन लाल रोशी, संजीव हीर और राजू गुराया ने वार्ड वासियों जिथे पार्टी दी नीतियां संबंधी जाणू करवाया, उत्थे उन्हां सुशील कुमार रिंकू के हक च वोटां पाउण दी अपील की। इस मौके वार्ड वासियों ने अपनी समस्यावां भी दसियां, जिन्हां दा अमरीक सिंह ढिल्लों वल्लों हल करन दा भरोसा दिता गया। इस मौके गुरविंदर सिंह नौरा, राहुल पुंज, सुदेश कुमार बिल्ला, हरमेश लाल सागर तों इलावा आम आदमी पार्टी के वर्कर हाजिर सन। ਤੁਸੀਂ ਵੇਖਦੇ ਹੋਗੇ ਕਿ ਅਸੀਂ ਭਾਵੇਂ ਬਹੁਤ ਵੱਡਾ ਹੰਗਾਰਾ ਆ, ਖਾਸ ਕਰਕੇ ਮਾਤਾਵਾਂ ਭੈਣਾਂ ਦਾ ਇਸ ਵਕਤ ਜਦੋਂ ਕੰਮ ਦਾ ਟਾਈਮ ਆ, ਖਾਣਾ ਬਣਾਉਣਾ ਹੁੰਦਾ, ਉਸ ਟਾਈਮ ਘਰਾਂ ਦੇ ਵਿੱਚੋਂ ਨਿਕਲ ਕੇ ਆਉਂਦੇ ਨੇ, ਤਾਂ ਵਾਰਡ ਨੰਬਰ ਦੇ ਇਕੱਲੇ ਇਕੱਲੇ ਵਾਰਡ ਦੇ ਵਿੱਚ ਜਾਂਦੇ ਹਾਂ ਅਸੀਂ, ਇੱਕ ਇੱਕ ਵਾਰਡ ਦੇ ਵਿੱਚ ਤਿੰਨ ਤਿੰਨ ਮੀਟਿੰਗਾਂ ਵੀ ਹੋ ਰਹੀਆਂ ਸਾਡੀਆਂ ਭਰਮੀਆਂ, ਅਤੇ ਇੱਥੋਂ ਲੱਗਦਾ ਕਿ ਲੋਕ ਮਨ ਬਣਾਈ ਬੈਠੇ ਆ ਕਿ ਐਤਕੀ ਆਮ ਆਦਮੀ ਪਾਰਟੀ ਨੂੰ ਵੱਡੀ ਪੱਧਰ ਦੇ ਉੱਤੇ ਜਿਤਾਉਣ ਦਾ ਅਤੇ ਵੱਡੀ ਵੱਡੀ ਲੀਡ ਦੇਣ ਦਾ ਗਰਾਇਆਂ ਦੇ ਨਿਵਾਸੀ ਅਤੇ ਫਲੋਰ ਹਲਕੇ ਦੇ ਲੋਕ ਮਨ ਬਣਾਈ ਬੈਠੇ। ਆਉਣ ਵਾਲੇ ਟਾਈਮ ਦੇ ਵਿੱਚ ਹਜੇ ਤੁਸੀਂ ਵੇਖੋਗੇ ਕਿ ਸਾਡੇ CM ਸਾਹਿਬ ਅਤੇ ਹੋਰ ਸਾਡੀ ਕੇਂਦਰੀ ਲੀਡਰਸ਼ਿਪ ਵੀ ਆਊਗੀ, ਜਿਉਂ ਜਿਉਂ ਲਾਸਟ ਦਿਨ ਆਉਣਗੇ ਤਾਂ ਤੁਸੀਂ ਵੇਖੋਗੇ ਕਿ ਸਾਡੇ ਵੱਡੇ ਚਿਹਰੇ ਵੀ ਆਉਣਗੇ, ਤਾਂ ਕਿ ਇਹ ਲੋਕਾਂ ਦੀ ਮੰਗ ਆ। ਦੇਖੋ CM ਸਾਹਿਬ ਪਹਿਲਾਂ ਰੋਡ ਸ਼ੋਅ ਕਰਕੇ ਗਏ ਨੇ ਅੱਜ, ਪਰ ਗਰਾਂਇਆਂ ਦੇ ਅਸੀਂ ਜਦੋਂ ਵਾਰਡਾਂ ਦੇ ਵਿੱਚ ਜਾਂਦੇ ਹਾਂ ਤਾਂ ਦੁਬਾਰੇ ਕਹਿੰਦੇ ਨੇ ਕਿ CM ਸਾਹਿਬ ਨੂੰ ਲੈ ਕੇ ਆਓ, ਕਿਉਂਕਿ ਹਜ਼ਾਰਾਂ ਲੋਕਾਂ ਨੇ CM ਸਾਹਿਬ ਦੇ ਨਾਲ ਹੱਥ ਵੀ ਮਿਲਾਇਆ, ਅਤੇ ਲੋਕ ਸੋਚ ਵੀ ਨਹੀਂ ਸਕਦੇ ਕਿ ਇੱਕ CM ਨੂੰ ਅਸੀਂ ਮਿਲ ਲਾਂਗੇ, ਜਾਂ CM ਸਾਡੀ ਗੱਲ ਸੁਣ ਲੈਣਗੇ, ਜਾਂ CM ਸਾਡੇ ਕੋਲ ਖੜ੍ਹ ਕੇ ਬੋਲ ਕੇ ਜਾਣਗੇ, ਕਿਉਂਕਿ ਅੱਗੇ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੱਤਾ ਜਾਂਦਾ ਸੀਗਾ। ਤਾਂ ਅੱਜ ਹਰੇਕ ਮੰਤਰੀ ਵੇਖੋਗੇ ਤੁਸੀਂ, ਚਾਹੇ CM ਵੇਖੋਗੇ, ਲੋਕਾਂ ਨੂੰ ਲੱਗਦਾ ਕਿ ਸਾਡੇ ਵਰਗਾ ਸਾਡੇ 'ਚੋਂ ਆ। ਇਸ ਕਰਕੇ ਅਸੀਂ ਲੱਗੇ ਹੋਏ ਹਾਂ ਕਿ ਜੋ CM ਸਾਹਿਬ ਦੀ ਦੁਬਾਰਾ ਦੀ ਮੰਗ ਹੈਗੀ ਰੋਡ ਸ਼ੋਅ ਦੀ, ਤਾਂ ਉਹ ਦੁਬਾਰੇ ਇਸ ਹਲਕੇ ਦੇ ਵਿੱਚ ਕੀਤੀ ਜਾਊਗੀ ਪੂਰੀ, ਕਰਨਾ ਹਾਈ ਕਮਾਂਡ ਨੇ ਫੈਸਲਾ, ਅਸੀਂ ਲੋਕਾਂ ਦੀ ਮੰਗ ਹਾਈ ਕਮਾਂਡ ਤੱਕ ਪਹੁੰਚਾ ਦਿੱਤੀ। ਉਹ ਰੂਟ ਪਲਾਨ ਜਲਦੀ ਫਾਈਨਲ ਹੋ ਜਾਊਗਾ ਜੀ, ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਪ੍ਰੈਸ ਨੂੰ ਦੱਸਾਂਗੇ, ਕਿਉਂਕਿ ਤੁਹਾਨੂੰ ਪਤਾ ਕਿ ਹਲਕੇ 9 ਨੇ, ਅਤੇ 9 ਦੇ ਮੁਤਾਬਕ ਕਿਹੜਾ ਟਾਈਮ ਆਉਂਦਾ ਗਾ ਸਾਡੇ ਕੋਲ, ਕਿਹੜਾ ਏਰੀਆ ਆਉਂਦਾ, ਕਿਉਂਕਿ ਇੱਕ ਦੂਜੇ ਨਾਲ ਹਲਕਾ ਟੱਚ ਵੀ ਕਰਦਾ ਹੋਵੇ, ਰੂਟ ਪਲਾਨ ਵੀ ਹੋਵੇ, ਸਕਿਉਰਿਟੀ ਵਾਲੇ ਵੀ ਜਿੱਦਾਂ ਕਲੀਨ ਚਿੱਟ ਦਿੰਦੇ ਆ, ਉਹ ਸਾਰੀਆਂ ਗੱਲਾਂ ਨੂੰ ਦੇਖ ਕੇ ਤੁਹਾਨੂੰ ਬਿਲਕੁਲ ਇਨਫੋਰਮ ਕਰਾਂਗੇ, ਜਲਦੀ ਸਾਡਾ ਕੱਲ੍ਹ ਤੱਕ ਇਹ ਫਾਈਨਲ ਹੋ ਜੂ। ਮੈਂ ਜੀ ਆਇਆਂ ਕਹਿੰਦਾ ਜੀ, ML ਸਾਹਿਬ ਗੁਰਪ੍ਰੀਤ ਸਿੰਘ ਜੀ ਬਾਨਾ ਵਾਲੇ, ਨਵਜੋਤ ਸਿੰਘ ਜੱਜ ਚੇਅਰਮੈਨ ਸਾਹਿਬ, ਰਮਨ ਚੰਦ ਜੀ ਸਪੋਕਸਮੈਨ, ਅਤੇ ਮੇਰੀ ਸਮੁੱਚੀ ਆਮ ਆਦਮੀ ਪਾਰਟੀ ਲੀਡਰਸ਼ਿਪ, ਸਾਰਿਆਂ ਦਾ ਇੱਥੇ ਜੀ ਆਇਆਂ ਰੱਖਦਾ ਹਾਂ। ਮੈਂ ਸਾਥੀਓ ਇੰਨਾ ਵੱਡਾ ਕੋਈ ਬੁਲਾਰਾ ਤਾਂ ਹੈ ਨਹੀਂ, ਮੈਂ ਤੁਹਾਡੇ ਵਰਗਾ ਹੀ ਹਾਂ, ਤਾਂ ਮੈਨੂੰ ਬਸ ਕੰਮ ਕਾਰ 'ਚ ਯਕੀਨ ਆ ਬਸ, ਹੈ ਨਾ, ਅਤੇ ਮੈਂ ਤੁਹਾਡਾ ਸਾਰਿਆਂ ਦਾ ਜੀ ਆਇਆਂ ਰੱਖਦਾ ਇੱਥੇ, ਜੇ ਤੁਸੀਂ ਇੱਕ ਸੱਦੇ 'ਤੇ ਮੈਂ ਨਾ ਚੱਲੇ ਆਏ ਹਾਂ, ਅਤੇ ਮੈਂ ਆਸ ਕਰਦਾ ਕਿ ਤੁਸੀਂ ਹਰ ਇਕੱਲੀ ਇਕੱਲੀ ਵੋਟ ਝਾੜੂ ਦੇ ਨਿਸ਼ਾਨ 'ਤੇ ਪਾਓਗੇ, ਅਤੇ ਹਰ ਪਲ ਮੈਂ ਤੁਹਾਡੇ ਨਾਲ ਖੜ੍ਹਾ ਵਾਂ, ਜਿੱਥੇ ਤੁਸੀਂ ਕਹੋਗੇ ਉੱਥੇ ਹਾਂ ਵੀ ਲਿਖਾ ਜਾਣਾ ਜੀ।